ਸੋ ਦੋਸਤੋ ਬਾਲੀਵੁੱਡ ਦਾ ਰਾਸ਼ਟਰੀ ਤੋਂ ਦੁੱਖ ਭਰੀ ਖਬਰ ਹੈ ਜਿਹੜੀ ਆ ਰਹੀ ਹੈ ਸੋ ਨਿਤਨ ਦੇਸਾਈ ਦੇ ਵੱਲੋਂ ਆਪਣੇ ਸਟੂਡੀਓ ਦੇ ਵਿੱਚ ਖੁਦਕੁਸ਼ੀ ਜਿਹੜੀ ਕਰ ਰਹੀ ਹੈ ਸੋ ਨਿਤਨ ਦੇਸਾਈ ਇੱਕ ਕਲਾ ਨਿਰਦੇਸ਼ਕ ਸੀਗੇ ਅੱਜ ਉਹਨਾਂ ਨੇ 4:30 ਵਜੇ ਦੇ ਕਰੀਬ ਆਪਣੇ ਸਟੂਡੀਓ ਦੇ ਵਿੱਚ ਆਪਣੀ ਜੀਮ ਡੀਲ ਦਾ ਜਿਹੜੀ ਸਮਾਪਤ ਕਰ ਲਈ ਸੋ ਉਹਨਾਂ ਨੇ ਆਪਣੀ ਕੈਰੀਅਰ ਦੀ ਜਿਹੜੀ ਸ਼ੁਰੂਆਤ ਸੀ ਉਹ 1999 ਦੇ ਵਿੱਚ ਪਰਿੰਦਾ ਫਿਲਮ ਤੋਂ ਕੀਤੀ ਸੀ ਤਾਂ ਇਹ ਇੱਕ ਫਿਲਮਾਂ ਦੇ ਵਿੱਚ ਜਿਹੜਾ ਸੈੱਟ ਹੈ ਉਹ ਤਿਆਰ ਕਰਦੇ ਸੀ ਇਹਨਾਂ ਨੇ ਕਈ ਸੁਪਰ ਹਿੱਟ ਫਿਲਮਾਂ ਜਿਵੇਂ ਪਿਆਰ ਤੋਂ ਹੋਣਾ ਹੀ ਥਾ ਹਮ ਦਿਲ ਦੇ ਚੁਕੇ ਸਨਮ ਮਿਸ਼ਨਾ ਕਸ਼ਮੀਰ ਰਾਜੂ ਚਾਚਾ ਦੇਵਦਾਸ ਬਾਜੀਰਾਓ ਮਸਤਾਨੀ ਜੋਦਾ ਅਕਬਰ ਵਰਗੀਆਂ ਹਿੱਟ ਫਿਲਮਾਂ ਦੇ ਵਿੱਚ ਹੈ ਜਿਹੜਾ ਕੰਮ ਕੀਤਾ ਸੀ ਸੋ ਖੁਦਕੁਸ਼ੀ ਕਰਨ ਦਾ ਕਾਰਨ ਜਿਹੜਾ ਆਰਥਿਕ ਤੰਗੀ ਦੱਸਿਆ ਜਾ ਰਿਹਾ ਹੈ ਤਾਂ ਪੂਰੇ ਬਾਲੀਵੁੱਡ ਅ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਨਿਤਿੰਦਰ ਸਾਈ ਇੱਕ ਚੰਗੇ ਆਰਟ ਡਾਇਰੈਕਟਰ ਸੀਗੇ ਜਿਵੇਂ ਹੀ ਇਹ ਖਬਰ ਜਿਹੜੀ ਸੋਸ਼ਲ ਮੀਡੀਆ ਤੇ ਆਈ ਤਾਂ ਪੂਰੀ ਬਾਲੀਵੁੱਡ ਇੰਡਸਟਰੀ ਦੇ ਲੋਕ ਆ ਜਿਹੜੇ ਉਡੂੰਗੇ ਸਦਮੇ ਚ ਆ ਜਿਹੜੇ ਚਲੇ ਗਏ ਨੇ